ਗਾਈ ਤੁਸੀਂ ਕਿਵੇਂ ਹੋ? ਅੱਜ ਸਾਡਾ ਵਲੌਗ ਬਹੁਤ ਦਿਨਾਂ ਬਾਅਦ ਆਇਆ, ਹੋ ਗਏ ਹੋਣਗੇ ਮਹੀਨੇ ਦੋ ਮਹੀਨੇ, ਕਿਉਂਕਿ ਘਰੇ ਮਿਸਤਰੀ ਲੱਗਿਆ ਸੀ, ਇਸ ਕਰਕੇ ਸਾਡਾ ਵਲੌਗ ਨਹੀਂ ਆ ਸਕਿਆ। ਫਿਰ ਸਬਸਕ੍ਰਾਈਬ ਨਹੀਂ ਵੱਧਦੇ ਪਏ, ਤੁਸੀਂ ਸਬਸਕ੍ਰਾਈਬ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਅਤੇ ਵਲੌਗ ਪੂਰਾ ਦੇਖਿਆ ਕਰੋ। ਅੱਜ ਖੁਸ਼ ਹੋਣਾ ਸਟੈਂਡ ਤੇ ਅੱਜ ਕਿੰਨੇ ਦਿਨਾਂ ਬਾਅਦ ਇਹਨੂੰ ਲੈ ਕੇ ਚੱਲੇ ਆ ਟੈਕਰੇ ਜੀ ਦਰਿਆ ਖੜਦਾ। ਬਾਬੇ ਦੀ ਆਵਾਜ਼ ਸੁਣੋ ਧਿਆਨ ਨਾਲ, ਭੈਣ ਦੇ ਬਾਬੇ ਦੀ। ਬੱਕਰੀ ਇਹ ਤਾਂ ਡਰਦੀ ਪਈ ਆ, ਹੁਣ ਵੱਡਾ ਹੋ ਗਿਆ, ਤੁਹਾਨੂੰ ਸ਼ਾਇਦ ਲੱਗਦਾ ਹੋਣਾ ਥੋੜ੍ਹਾ ਆ, ਹੁਣ ਥੋੜ੍ਹਾ ਵੱਡਾ ਹੋਇਆ ਇਹ। ਸਟੈਂਡ ਦੇ ਨਾਲ ਨਾਲ ਤੁਸੀਂ ਇਹ ਵੀ ਬਣੋ ਪਿੰਡ ਦਾ ਮਾਹੌਲ, ਅਤੇ ਤੁਸੀਂ ਦੇਖ ਕੇ ਆਏ ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਦਾ ਲੱਗਦਾ ਕਿੱਦਾਂ ਦਾ ਨਹੀਂ। ਸਾਡੇ ਪਿੰਡ ਦੇ ਟਿੱਪਰ ਬਹੁਤ ਚੱਲਦੇ, ਸੜਕ ਦਾ ਹਾਲ ਦੇਖ ਟਿੱਪਰਾਂ ਨੇ ਹੀ ਇਹ ਕਾਰਜ ਕਰ ਰੱਖਿਆ ਕੰਟਰੋਲ। ਰਾਜੇ ਵਾਹਵਾ ਦਿਨ ਪਿੱਛੋਂ ਆਇਆ ਅਤੇ ਉਹਦਾ ਸਾਥ ਹੀ ਘਰੇ ਚੱਲਿਆ। ਇਹ ਬੇਸਾਂ ਬੜੀਆਂ ਬਣਾਉਂਦਾ ਸਭ ਉਹਦਾ। ਪੂਰਾ ਖੁਸ਼ ਆ ਅੱਜ ਸਟੈਂਡ, ਕਹਿੰਦ ਕਿੰਨੇ ਦਿਨਾਂ ਤੋਂ ਬਾਹਰ ਗਿਆ ਸੀ, ਬਾਹਰ ਆਇਆ ਗਿਆ ਸੀ ਅਤੇ ਖੇਡਾਂ ਬਹੁਤ ਪੈ ਗਿਆ। ਬੜਾ ਭੱਜਣਾ ਸੀ ਜੇ ਖੁੱਲ੍ਹਾ ਛੱਡ ਦਿੰਦੇ ਅਤੇ ਲੱਗੇ ਤੇ ਤੇ ਪਾਣੀ ਨਹੀਂ ਦਿੰਦਾ ਪਿਆ ਇਹ, ਫਿਰ ਇਹਨਾਂ ਨਾਲ ਲੜਨਾ ਅਸੀਂ ਪਾਣੀ ਨਹੀਂ ਪੀਂਦਾ ਪਿਆ ਇਹ। ਅੱਜ ਦਾ ਵਲੌਗ ਬਸ ਇੰਨਾ ਹੀ, ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ। ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ।